ਦੇਸ਼ ਦੇ ਵਿੱਚ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਜਦੋਂ ਆਪਣੇ ਜਨਮ ਦਿਨ 'ਤੇ ਇੱਕ ਨੌਜਵਾਨ ਆਪਣੇ ਨੌਕਰ ਨੂੰ ਮੋਮੋਸ ਲੈਣ ਦੇ ਲਈ ਭੇਜਦਾ ਹੈ ਤਾਂ ਉਸ ਤੋਂ ਬਾਅਦ ਜਨਮ ਦਿਨ ਵਾਲੇ ਦਿਨ ਹੀ ਉਸ ਨੌਜਵਾਨ ਦਾ ਇਸ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਿਹੜਾ ਨੌਕਰ ਮੋਮੋਸ ਲੈਣ ਜਾਂਦਾ ਹੈ ਉਸ ਨੌਕਰ 'ਤੇ ਕੁਛ ਸ਼ਖਸ ਦੇ ਵੱਲੋਂ ਚਪੇੜ ਮਾਰ ਦਿੱਤੀ ਜਾਂਦੀ ਹੈ ਅਤੇ ਜਦੋਂ ਉਹ ਨੌਕਰ ਆਪਣੇ ਮਾਲਕ ਨੂੰ ਦਿਨੇਸ਼ ਨੂੰ ਇਹ ਆ ਕੇ ਦੱਸਦਾ ਹੈ ਕਿ ਮੇਰੇ ਚਪੇੜ ਵੱਜੀ ਹੈ ਅਤੇ ਉਸ ਤੋਂ ਬਾਅਦ ਦਿਨੇਸ਼ ਵੀ ਉਸ ਜਗ੍ਹਾ 'ਤੇ ਜਾਂਦਾ ਹੈ ਅਤੇ ਉਸ ਸ਼ਖਸ ਨੂੰ ਚਪੇੜ ਮਾਰਦਾ ਹੈ ਪਰ ਉਸ ਤੋਂ ਬਾਅਦ ਜੋ ਹੁੰਦਾ ਹੈ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ। ਜਿੱਥੇ ਜੇਕਰ ਗੱਲ ਕੀਤੀ ਜਾਵੇ ਦਿਨੇਸ਼ 5 ਭੈਣਾਂ ਦਾ ਇਕਲੌਤਾ ਭਰਾ ਸੀ, 3 ਵੱਡੀਆਂ ਭੈਣਾਂ, 2 ਛੋਟੀਆਂ ਭੈਣਾਂ। ਦਿਨੇਸ਼ ਵਿਆਹਿਆ ਹੋਇਆ ਸੀ ਅਤੇ ਉਹ ਆਪਣੇ ਪਿੱਛੇ 3 ਸਾਲ ਦਾ ਬੇਟਾ ਅਤੇ 7 ਸਾਲ ਦੀ ਬੇਟੀ ਨੂੰ ਛੱਡ ਕੇ ਚਲੇ ਗਿਆ ਪਰ ਹੁਣ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੈ। ਪੂਰਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਰਿਵਾੜੀ ਦੇ ਸੁਠਾਣਾ ਦੇ ਵਿੱਚ ਇਹ ਪੂਰੇ ਮਾਮਲੇ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਕਈ ਸਵਾਲ ਪੈਦਾ ਹੁੰਦੇ ਪਏ ਨੇ ਕਿ ਕਿੱਥੇ ਸਾਡੇ ਜੇਕਰ ਸਟੇਟ ਦੀ ਜਾਂ ਦੇਸ਼ ਦੀ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਵੇ ਕਿਵੇਂ ਆਰਾਮ ਦੇ ਨਾਲ ਲੋਕਾਂ ਦੇ ਵੱਲੋਂ ਕਤਲ ਕਰ ਦਿੱਤੇ ਜਾਂਦੇ ਹੈ। ਇਸ ਸਭ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। CIA ਸਟਾਫ ਦੇ ਵੱਲੋਂ ਵੀ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਫੜਨ ਦੇ ਲਈ ਅਗਲੇ ਜੋ ਕੰਮ ਹੁੰਦੇ ਨੇ ਉਹ ਪੁੱਛ ਪੜਤਾਲ ਹੁੰਦੀ ਹੈ, ਫੜਨਾ ਹੁੰਦਾ ਹੈ, ਉਹ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਪਰ ਇਸ ਸਭ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ। ਦਰਅਸਲ ਇਹ ਪੂਰਾ ਮਾਮਲਾ ਹਰਿਆਣਾ ਦੇ ਰਿਵਾੜੀ ਸੁਠਾਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਕਨੌਲੀ ਪ੍ਰਾਣਪੁਰਾ ਦਾ ਦਿਨੇਸ਼ ਜਿਹੜਾ ਕਿ ਆਪਣੀ ਦੁਕਾਨ ਦੇ ਵਿੱਚ ਆਪਣੇ ਇੱਕ ਦੋਸਤ ਦੇ ਨਾਲ ਬੈਠਾ ਹੁੰਦਾ ਹੈ। ਦਿਨੇਸ਼ ਦਾ ਜਨਮ ਦਿਨ ਹੁੰਦਾ ਹੈ ਅਤੇ ਜੋ ਤੁਹਾਨੂੰ ਅਸੀਂ ਪਹਿਲੀ ਗੱਲ ਦੱਸੀ ਕਿ ਕਿਸ ਤਰ੍ਹਾਂ ਮੋਮੋਸ ਲੈਣ ਦੇ ਚੱਕਰਾਂ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਦਾ ਹੈ ਅਤੇ ਦੂਸਰੇ ਪਾਸੇ ਜਦੋਂ ਉਹ ਦਿਨੇਸ਼ ਵੀ ਉਸ ਸ਼ਖਸ ਨੂੰ ਜਿਹੜਾ ਕਿ ਨੌਕਰ ਦੇ ਚਪੇੜ ਮਾਰਦਾ ਚਪੇੜ ਮਾਰ ਕੇ ਵਾਪਸ ਉਸ ਦੁਕਾਨ 'ਤੇ ਆ ਬੈਠਦਾ ਆਪਣੇ ਦੋਸਤ ਦੇ ਨਾਲ, ਜਿਹੜਾ ਦੋਸਤ ਉਸ ਦੇ ਨਾਲ ਬੈਠਾ ਹੁੰਦਾ ਉਹ ਬੌਂਸਰ ਦੱਸਿਆ ਜਾਂਦਾ ਹੈ। ਪਰ ਜਦੋਂ ਉਹ ਜਾਣ ਲੱਗਦੇ ਆ ਆਪੋ ਆਪਣੇ ਘਰਾਂ ਨੂੰ ਤਾਂ ਕੁਝ ਲੋਕ ਬਾਈਕ ਸਵਾਰ ਹੋ ਕੇ ਆਉਂਦੇ ਨੇ ਬਾਈਕ 'ਤੇ ਅਤੇ ਉੱਥੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਦਿਨੇਸ਼ 'ਤੇ ਦੱਸਿਆ ਜਾ ਰਿਹਾ ਕਿ ਛਾਤੀ 'ਤੇ ਗੋਲੀ ਲੱਗਦੀ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ ਜਿੱਥੇ ਉਹ ਆਪਣੇ ਪਿੱਛੇ ਐਡਾ ਵੱਡਾ ਪਰਿਵਾਰ ਛੱਡ ਗਿਆ ਅਤੇ ਦੂਸਰੇ ਪਾਸੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਸਰਿਆ ਪਿਆ ਹੈ। ਇਸ ਸਭ ਦੇ ਵਿੱਚ ਪੁਲਿਸ ਥਾਣਾ ਦੇ ਵਿੱਚ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਜਿਨ੍ਹਾਂ ਲੋਕਾਂ 'ਤੇ ਧਾਰਾਵਾਂ ਲੱਗੀਆਂ ਨੇ ਉਸ ਸਭ ਦੇ ਵਿੱਚ 103 BNS 25 54 ਅਤੇ 59A ਧਾਰਾ ਇਹਨਾਂ 'ਤੇ ਲਗਾਈ ਗਈ ਹੈ ਜਿਨ੍ਹਾਂ ਲੋਕਾਂ ਦੀ ਹੁਣ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਉਸ ਸਭ ਦੇ ਵਿੱਚ SP ਉਰਫ ਸ਼ਿਵਾ, ਸਨੀ ਗੁੱਜਰ, ਅਮਿਤ ਪਹਿਲਵਾਨ, ਦਵਿੰਦਰ ਉਰਫ ਦੇਬੂ ਅਤੇ ਸਚਿਨ ਇਹਨਾਂ ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਦੂਸਰੇ ਪਾਸੇ ਅਣਪਛਾਤਿਆਂ 'ਤੇ ਵੀ ਮਾਮਲੇ ਦਰਜ ਕਰ ਲਏ ਗਏ ਨੇ। ਪਰ ਜਿਸ ਤਰ੍ਹਾਂ ਮਾਨਸਿਕਤਾ ਦੇ ਵਿੱਚ ਇਹਨਾਂ ਕਰੂਰਤਾਪਨ ਲੋਕਾਂ ਦੇ ਵਿੱਚ ਆਉਂਦਾ ਪਿਆ ਹੈ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜ੍ਹਾ ਕਰ ਗਿਆ। ਇਸ ਸਭ ਦੇ ਵਿੱਚ 2 ਨਵੇਂ ਸਵਾਲ ਸ਼ੁਰੂ ਹੁੰਦੇ ਨੇ। ਪਹਿਲੀ ਗੱਲ, ਜੇਕਰ ਨੌਕਰ ਦੇ ਚਪੇੜ ਵੱਜ ਗਈ ਸੀ ਕਿ ਵਾਕਿਆ ਹੀ ਦਿਨੇਸ਼ ਦੇ ਵੱਲੋਂ ਜਾ ਕੇ ਉਸ ਮੌਕੇ 'ਤੇ ਹੀ ਮੋੜਵਾਂ ਜਵਾਬ ਦੇਣਾ ਚਾਹੀਦਾ ਸੀ ਜਾਂ ਫਿਰ ਮਾਮਲਾ ਠੰਡਾ ਹੋਣ ਤੋਂ ਬਾਅਦ ਅਗਲੇ ਦਿਨ ਉਸ ਸ਼ਖਸ ਦੇ ਨਾਲ ਸਵਾਲ ਜਵਾਬ ਕਰਨੇ ਚਾਹੀਦੇ ਸੀ। ਦੂਸਰਾ ਸਵਾਲ,
ਜਿਸ ਸ਼ਖਸ ਦੇ ਚਪੇੜ ਮਾਰੀ ਗਈ ਜਾਂ ਜਿਸ ਸ਼ਖਸ ਦੇ ਵੱਲੋਂ ਦਿਨੇਸ਼ ਦੇ ਨੌਕਰ ਦੇ ਚਪੇੜ ਮਾਰੀ ਗਈ, ਕਿ ਚਪੇੜ ਦਾ ਜਵਾਬ ਚਪੇੜ ਹੀ ਹੋਣਾ ਚਾਹੀਦਾ ਸੀ, ਜਾਂ ਫਿਰ ਜਿਹੜਾ ਕਿ ਉਹਨਾਂ ਲੋਕਾਂ ਜਾਂ ਅਣਪਛਾਤਿਆਂ ਦੇ ਵੱਲੋਂ ਦਿਨੇਸ਼ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਜਾਂ ਦਿਨੇਸ਼ ਦੇ ਛਾਤੀ 'ਤੇ ਗੋਲੀ ਲੱਗਦੀ ਹੈ, ਉਸ ਤੋਂ ਬਾਅਦ ਉਸਦੀ ਮੌਤ ਹੁੰਦੀ ਹੈ, ਇਸ ਸਭ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਹੈ ਕਿ ਮਾਨਸਿਕ ਸਥਿਤੀ ਜਿਹੜੀ ਹੈ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਹੁੰਦੀ ਪਈ ਹੈ, ਇਸ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਅਤੇ ਅਜਿਹੇ ਮਾਮਲਿਆਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ?